ਹਾਂਜੀ ਮੈਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਦੀਪ ਕੌਰ ਹੈ ਜੀ। ਅੱਛਾ ਕਿੱਥੋਂ ਆਏ ਹੋ ਤੁਸੀਂ? ਪਿੰਡ ਪਟੇਲੀ ਤੋਂ ਆਏ ਹਾਂ ਅਸੀਂ। ਕੀ ਪ੍ਰੋਬਲਮ ਸੀਗੀ ਤੁਹਾਨੂੰ? ਬਵਾ ਸਿਰ ਦੀ ਪ੍ਰੋਬਲਮ ਸੀਗੀ। ਅੱਛਾ ਪਹਿਲਾਂ ਕੋਈ ਟ੍ਰੀਟਮੈਂਟ ਲਿਆ ਤੁਸੀਂ ਬਵਾ ਸਿਰ ਦੇ ਰਿਲੇਟਡ? ਨਹੀਂ ਜੀ ਕੋਈ ਨਹੀਂ ਲਿਆ। ਫਿਰ ਤੁਹਾਨੂੰ ਹਸਪੀਟਲ ਦਾ ਕਿਵੇਂ ਪਤਾ ਲੱਗਿਆ ਸੀ ਰਾਣਾ ਹਸਪੀਟਲ? ਸਾਨੂੰ ਜੀ ਮੇਰੇ ਜੇਠ ਨੇ ਦੱਸਿਆ ਜੀ, ਉਹਨੇ ਇੱਥੇ ਹਸਪੀਟਲ ਵਿੱਚ ਆਪਰੇਸ਼ਨ ਕਰਾਇਆ ਸੀਗਾ। ਅੱਛਾ ਬਵਾ ਸਿਰ ਦਾ? ਹਾਂ ਜੀ। ਅੱਛਾ ਤੇ ਕੱਲੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਆਪਣਾ ਪ੍ਰੋਬਲਮ, ਫਿਰ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਉੱਥੇ ਜਾਓ, ਉੱਥੇ ਆਪਰੇਸ਼ਨ ਹੋਊਗਾ, ਆਪਰੇਸ਼ਨ ਨਾਲ ਠੀਕ ਹੋ ਜਾਊਗਾ ਜੀ। ਅੱਛਾ ਤੁਹਾਨੂੰ ਇਹ ਦਿੱਕਤ ਕਿੰਨੇ ਸਾਲਾਂ ਤੋਂ ਸੀਗੀ ਬਵਾ ਸਿਰ ਦੀ? ਇਹ ਮੈਨੂੰ ਸਾਲ ਹੋ ਗਿਆ ਜੀ, ਜਿਹੜੀ ਕੱਲ੍ਹ ਜ਼ਿਆਦਾ ਹੀ ਪ੍ਰੋਬਲਮ ਹੋ ਗਈ ਸੀਗੀ ਤਾਂ ਕਰਕੇ ਆਉਣਾ ਪਿਆ। ਅੱਛਾ ਤੇ ਹੁਣ ਤੁਹਾਡਾ ਆਪਰੇਸ਼ਨ ਹੋ ਗਿਆ, ਤੁਹਾਨੂੰ ਮਤਲਬ ਕੋਈ ਪ੍ਰੋਬਲਮ ਤਾਂ ਨਹੀਂ ਹੈ? ਠੀਕ ਲੱਗ ਰਿਹਾ ਤੁਹਾਨੂੰ ਆਪਰੇਸ਼ਨ ਤੋਂ ਬਾਅਦ? ਵਧੀਆ ਲੱਗਿਆ ਜੀ ਮੈਨੂੰ ਤਾਂ। ਹਾਂ ਕੋਈ ਪ੍ਰੋਬਲਮ ਨਹੀਂ ਹੈਗੀ, ਮੈਨੂੰ ਤਾਂ ਪਤਾ ਵੀ ਮੈਨੂੰ ਕਦੋਂ ਹੋ ਗਿਆ। ਅੱਛਾ ਮਤਲਬ ਪੂਰੇ ਸੈਟੀਸਫਾਈਡ ਹੋ ਤੁਸੀਂ? ਹਾਂ ਜੀ। ਕੋਈ ਐਸੀ ਦਿੱਕਤ ਜੋ ਆਫਟਰ ਸਰਜਰੀ ਤੁਹਾਨੂੰ ਆਈ ਹੋਵੇ? ਨਾ ਜੀ ਨਹੀਂ ਕੋਈ ਨਹੀਂ, ਬਿਲਕੁਲ ਠੀਕ ਲੱਗ ਰਿਹਾ। ਠੀਕ ਹੈ ਤੇ ਬਾਕੀ ਤੁਸੀਂ ਲੋਕਾਂ ਨੂੰ ਜਿਹੜੇ ਬਵਾਸੀਰ ਨਾਲ ਰਿਲੇਟਡ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਸ ਸੁਨੇਹਾ ਦੇਣਾ ਚਾਹੂੰਗੀ ਜੀ ਵੀ ਬਸ ਉਰੇ ਆਓ, ਆਪਣਾ ਇਲਾਜ ਕਰਾਓ, ਐਨ ਵਧੀਆ ਹਸਪਤਾਲ ਆ ਇਹ, ਕੋਈ ਇਹ ਜੀ ਪ੍ਰੋਬਲਮ ਨਹੀਂ ਹੈਗੀ। ਜੇ ਤੁਹਾਨੂੰ ਦਿੱਕਤ ਲੱਗੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਬਸ। ਠੀਕ ਹੈ ਜੀ, ਥੈਂਕ ਯੂ ਮੈਮ।